ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਉਮੀਦ ਕਰਦੇ ਵੀ ਤੁਸੀਂ ਸਾਰੇ ਜਾਣੇ ਹੋਵੋਗੇ ਠੀਕ ਠਾਕ ਬਾਈ ਜੀ। ਆਪਾਂ ਬਾਈ ਜੀ ਕੰਮ ਬਦਲਿਆ, ਜਿਵੇਂ ਤੁਹਾਨੂੰ ਪਤਾ ਹੀ ਹੋਣਾ, ਅੱਧਿਆਂ ਕੁ ਬੰਦਿਆਂ ਨੂੰ ਜਿਹੜੇ ਮੈਨੂੰ ਇੰਸਟਾਗ੍ਰਾਮ 'ਤੇ ਕਰਦੇ ਫੋਲੋ, ਉਹਨਾਂ ਨੂੰ ਤਾਂ ਪਤਾ ਵੀ ਮੈਂ ਫਲੈਟ ਬੈੱਡ ਦਾ ਕੰਮ ਕਰਨ ਲੱਗ ਗਿਆ ਨਾ। ਅਤੇ ਜਿਹੜੇ ਬੰਦੇ ਨਹੀਂ ਫੋਲੋ ਕਰਦੇ ਉਹਨਾਂ ਨੂੰ ਆਪਾਂ ਹੁਣ ਦੱਸ ਦਿੰਦੇ ਹਾਂ ਵੀ ਬਾਈ ਮੈਂ ਕੰਮ ਚੇਂਜ ਕਰ ਲਿਆ ਸੀਗਾ ਅਤੇ ਫਲੈਟ ਬੈੱਡ ਕਰਨ ਲੱਗ ਗਏ ਬਾਈ ਜੀ। ਹੁਣ ਆਪਾਂ ਫਲੈਟ ਬੈੱਡ ਕਿਉਂ ਕਰਨ ਲੱਗੇ, ਕੀ ਪ੍ਰੋਸੈਸ ਉਹਦਾ, ਚਲੋ ਬਾਅਦ ਦੀਆਂ ਗੱਲਾਂ ਉਹ ਆਪਾਂ ਕਰਦੇ ਰਹਾਂਗੇ ਹੌਲੀ ਹੌਲੀ। ਪਰ ਫਿਲਹਾਲ ਇਹ ਆ ਵੀ ਫਲੈਟ ਬੈੱਡ ਦਾ ਕੰਮ ਕਰਨ ਲੱਗ ਗਏ ਹਾਂ। ਅਤੇ ਜਿਹੜੇ ਬੰਦੇ ਇੰਸਟਾ 'ਤੇ ਫੋਲੋ ਕਰਦੇ ਹੈ ਨਾ, ਉਹਨਾਂ ਨੂੰ ਤਾਂ ਪਤਾ ਵਾ ਵੀ ਮੈਂ ਪੀਟਰ ਬੈਲਟ 'ਤੇ ਸਟਾਰਟ ਕੀਤਾ ਕੰਮ, ਟ੍ਰੇਨਿੰਗ ਲਈ ਆ, ਸਟੋਰੀਆਂ ਸਟਾਰੀਆਂ ਦੇਖੀਆਂ ਹੋਣੀਆਂ। ਅਤੇ ਪੀਟਰ ਬੈਲਟ ਜਿਹੜਾ ਸੀਗਾ ਉਹ ਸੀਗਾ ਬਈ ਕਿਸੇ ਮਤਲਬ ਓਨਰ ਓਪਰੇਟਰ ਦਾ, ਮਨਜੀਤ ਸੀਗਾ ਬਾਈ ਦਾ ਨਾਮ। ਬਾਈ ਨੇ ਬਹੁਤ ਵਧੀਆ ਟ੍ਰੇਨਿੰਗ ਦਿੱਤੀ, ਜੇ ਬਾਈ ਦੇਖਦਾ ਹੋਵੇ ਤਾਂ ਬਾਈ ਥੈਂਕ ਯੂ ਯਾਰ, ਮਤਲਬ ਜਮਾਂ ਉੱਪਰ ਹੀ ਨਹੀਂ ਲੱਗਿਆ ਬਾਈ ਨਾਲ ਜਾ ਕੇ ਮੈਨੂੰ। ਅਤੇ ਹੁਣ ਜਿਹੜਾ ਮੈਂ ਟਰੱਕ ਲੈ ਕੇ ਜਾ ਰਿਹਾ ਉਹ ਹੈਗਾ ਬਾਈ ਜੀ, ਮੈਂ ਤੁਹਾਨੂੰ ਦਿਖਾਵਾਂ, ਤੁਸੀਂ ਕਹਿਣਾ ਕਿੱਥੋਂ ਕੀ ਕਰਨ ਲੱਗ ਗਿਆ। ਆਹ ਦੇਖੋ ਇਹ ਟਰੱਕ ਬਾਈ ਜੀ, ਵਾਹਵਾ ਹੀ ਪੁਰਾਣਾ 7 ਮਾਡਲ ਟਰੱਕ ਆ, ਰੇਟ ਲਾਈਨਰ ਕਰਨਾਡੋ ਕਹਿੰਦੇ ਉਹਨੂੰ। ਅਤੇ ਆਹ ਆਪਣਾ ਲੋਡ ਲੱਦਿਆ ਹੋਇਆ ਪਿੱਛੇ, ਇਹ ਆਪਾਂ ਲੈ ਕੇ ਜਾਣਾ ਅੱਜ USA ਜਾਣਾ ਆਪਾਂ। ਅਤੇ ਇੰਜਣ ਆਇਲ ਬਾਈ ਜੀ ਇਹਦਾ ਘੱਟ ਸੀਗਾ, ਇੱਕ ਤਾਂ ਉਹ ਪਾਇਆ ਮੈਂ, ਪਾਉਂਦੇ ਨੇ ਡੋਲ ਲਿਆ। ਇੱਕ ਇਹ 'ਚ ਕੂਲੈਂਟ ਜਮਾਂ ਇੱਥੇ ਸੀਗਾ, ਥੱਲੇ ਕਹਿ ਸਕਦੇ ਹਾਂ। ਇੱਕ ਕੈਨੀ ਮੈਂ ਪਾ ਤੀ ਆ, ਪੌਣੀ ਕੁ ਕੈਨੀ ਸਹੀ ਨਹੀਂ, ਫਿਰ ਵੀ ਮਿਨੀਮਮ ਤੋਂ ਥੱਲੇ ਆ। ਇਹ ਵੀ ਪਾਉਣੇ ਆਪਾਂ, ਅਤੇ ਸਟੇਅਰਿੰਗ ਆਇਲ ਵੀ ਤੁਸੀਂ ਦੇਖ ਸਕਦੇ ਘੱਟ ਆ, ਇਹ ਵੀ ਪਾਉਣੇ ਆ। ਅਤੇ ਜਿਹੜੇ ਬਾਈ ਕੋਲ ਚੱਲਦਾ ਸੀਗਾ ਉਹ ਤਾਂ ਪਤਾ ਨਹੀਂ ਕਿੱਦਾਂ ਚੱਲਦਾ ਹੋਊਗਾ, ਪਰ ਆਪਦੇ ਵੱਲੋਂ ਮੈਂ ਸੈੱਟ ਬੈੱਟ ਜਿਹਾ ਕਰੀ ਜਾਂਦਾ, ਸਮਾਨ ਸਮੂਨ ਸਾਰਾ ਪੂਰਾ ਕਰਦਾ ਆਪਦੇ ਵੱਲੋਂ। ਦੇਖ ਸਕਦੇ ਹਾਂ ਤੁਸੀਂ, ਵੈਸੇ ਟਰੱਕ ਪੁਰਾਣਾ ਵਾ ਪਰ ਚੱਲਣ 'ਚ ਠੀਕ ਰਹੇ, ਮਕੈਨੀਕਲ ਪ੍ਰੋਬਲਮ ਨਾ ਆਵੇ ਕੋਈ, ਵਿੱਚੋਂ ਵੀ ਆਪਾਂ ਸਾਫ਼ ਕਰ ਲਵਾਂਗੇ। ਮੈਂ ਕਰ ਲਿਆ ਥੋੜ੍ਹਾ ਬਹੁਤਾ ਤਾਂ ਗੁਜ਼ਾਰੇ ਜੋਗਾ, ਮੈਂ ਤੁਹਾਨੂੰ ਦਿਖਾ ਦਿੰਦਾ। ਅਤੇ ਬਾਹਰੋਂ ਵੀ ਆਪਾਂ ਨੂੰ ਧਵਾ ਧੂ ਲਵਾਂਗੇ ਜਿੰਨਾ ਕੁ ਟਾਈਮ ਇਹ ਚਲਾਉਣਾ। ਵੈਸੇ ਬਾਈ ਹੁਣੀ ਕਹਿੰਦੇ ਆ ਵੀ ਆ ਜਾਣੇ ਆ ਟਰੱਕ ਹੋਰ 2-3, ਉਦੋਂ ਤੱਕ ਆਪਣੇ ਕੋਲ ਇਹ ਆ, ਦੇਖ ਸਕਦੇ ਹਾਂ ਬਾਈ ਮੈਨੂਅਲ ਟਰਾਂਸਮਿਸ਼ਨ ਆ ਇਹ। ਅਤੇ ਮੈਨੂਅਲ ਟਰਾਂਸਮਿਸ਼ਨ ਵੀ ਸਿੱਖ ਲਿਆ ਬਾਈ ਜੀ ਆਪਾਂ, 2 ਵੀਕ ਲੱਗੇ, ਕੋਈ ਵੱਡੀ ਗੱਲ ਨਹੀਂ। ਪਹਿਲੇ ਗੇੜੇ 'ਚ ਹੀ ਚਲਾਉਣ ਲੱਗ ਗਿਆ ਸੀ ਵੈਸੇ ਮੈਂ, ਪਹਿਲੇ ਦਿਨ ਹੀ ਵਧੀਆ ਚਲਾਉਣ ਲੱਗ ਗਿਆ ਸੀ, ਬਾਕੀ ਜਿਵੇਂ ਜਿਵੇਂ ਚਲਾਈ ਜਾਂਦੇ ਆਪਾਂ ਉਵੇਂ ਉਵੇਂ ਵਧੀਆ ਹਿਸਾਬ ਆ ਜਾਂਦਾ, ਕੋਈ ਵੱਡੀ ਗੱਲ ਨਹੀਂ ਹੈਗੀ ਮੈਨੂਅਲ ਟਰਾਂਸਮਿਸ਼ਨ ਦੀ। ਅਤੇ ਦੇਖ ਸਕਦੇ ਹਾਂ ਤੁਸੀਂ ਟਰੱਕ ਬਾਈ ਜੀ, ਉਹ ਪਿੱਛੇ ਸਮਾਨ ਪਿਆ ਥੋੜ੍ਹਾ ਬਹੁਤ। ਅਤੇ ਜਿਵੇਂ ਤੁਹਾਨੂੰ ਪਤਾ ਵਾ ਵੀ ਆਪਾਂ ਤਾਂ ਬਹੁਤ ਆਪਣਾ ਸਜਾ ਕੇ ਰੱਖਦੇ ਹੁੰਦੇ ਟਰੱਕ ਨਾ, ਜਿਹੜਾ ਆਪਣੇ ਕੋਲ ਉਹ ਹੁੰਦਾ ਸੀ, ਇਹਦਾ ਵੀ ਆਪਾਂ ਉਹੀ ਕੰਮ ਕਰ ਲੈਣਾ। ਵੈਸੇ ਜੇ ਮੇਰਾ ਪਹਿਲਾ ਗੇੜਾ ਪਹਿਲਾਂ ਦੇਖਦੇ ਹਾਂ ਕੀ ਹਿਸਾਬ ਕਿਤਾਬ ਨਾ, ਕਿਵੇਂ ਟਰੱਕ ਚੱਲਦਾ ਕਿਵੇਂ ਆ। ਅਤੇ ਆਹ ਲੱਦੀ ਹੋਈ ਆ ਲੰਬਰ ਲੱਕੜ, ਇਹ ਆਪਾਂ ਲੈ ਕੇ ਜਾਣੀ ਆ। ਉਹ ਬਾਈ ਨਾਲ ਆਇਆ ਸੀਗਾ ਮੈਂ ਕੱਲ੍ਹ, ਪਰਲੇ ਪਾਸੇ ਟਰੱਕ ਖੜ੍ਹਾ, ਇਹ ਜਿੱਥੇ ਮੈਂ ਜਿਹੜੀ ਕੰਪਨੀ 'ਚ ਕੰਮ ਕਰਦਾ ਹੈਗਾ ਸੈਸਕਾਟੂਨ ਦੀ ਕੰਪਨੀ ਆ, ਅਤੇ ਵਿਨੀਪੈਗ ਤੋਂ ਸੈਸਕਾਟੂਨ ਤੱਕ ਮੈਂ ਬਾਈ ਨਾਲ ਬਹਿ ਕੇ ਆ ਗਿਆ ਸੀਗਾ। ਅਤੇ ਆਪਾਂ ਇੱਥੋਂ ਐਂ ਕਰਿਆ ਕਰਨਾ ਵੀ ਵਿਨੀਪੈਗ ਟਰੱਕ ਖੜਾਇਆ ਕਰਨੇ ਆ, ਅਤੇ ਵਾਟਰ ਐਂਗਲ ਲਾਇਆ ਕਰਨੇ ਆ। ਅਤੇ ਟਰੱਕ ਮੈਂ ਸੈਸਕਾਟੂਨ ਤੋਂ ਚੱਕਣਾ ਸੀ, ਤਾਂ ਕਰਕੇ ਮੈਂ ਬਾਈ ਨਾਲ ਆ ਗਿਆ ਸੀਗਾ ਕੱਲ੍ਹ। ਆਹ ਲੱਕੜ ਤੁਸੀਂ ਦੇਖ ਸਕਦੇ ਆ, ਅਤੇ ਬਾਈ ਦਾ ਇੱਧਰ ਚੱਕਿਆ ਹੋਇਆ ਵਾ, ਆਹ ਮਸ਼ੀਨਾਂ ਹੀ ਆ ਜਰਨੇਟਰ ਜੇ, ਅਤੇ ਆਹ ਖੜ੍ਹੇ ਆ ਸਾਰੇ ਟਰੱਕ ਪਿੱਛੇ ਫਲੈਟ ਬੈੱਡ। ਅਤੇ ਹੁਣ ਮੈਂ ਬਾਈ ਦੀ ਵੇਟ ਕਰਦਾ ਵਾਂ, ਆਪਣੇ ਟਰੱਕ 'ਚ ਫਰਿੱਜ ਰੱਖਣ ਵਾਲੀ, ਇੱਕ ਫਰਿੱਜ ਨਹੀਂ ਚੱਲਦੀ, ਅਤੇ ਇੱਕ ਮੈਂ ਕੂਲੈਂਟ ਪਾਉਣਾ, ਹੋਰ ਸਟੇਅਰਿੰਗ ਆਇਲ ਪਾਉਣਾ ਵਾਂ, ਅਤੇ ਕੂਲੈਂਟ ਭਰ ਕੇ ਰੱਖਣਾ, ਇੰਜਨ ਆਇਲ ਭਰ ਕੇ ਰੱਖਣਾ ਕਿਉਂਕਿ ਪੁਰਾਣਾ ਟਰੱਕ ਆ ਲੀਕ ਹੋ ਸਕਦਾ ਨਾ, ਅਤੇ ਬਾਕੀ ਫਰਿੱਜ ਰੱਖਣੀ ਆ। ਅਤੇ ਫਿਰ ਆਪਾਂ ਚੱਲਦੇ ਹਾਂ ਬਾਈ ਜੀ, ਅਤੇ ਮਿਲਦੇ ਹਾਂ ਤੁਹਾਨੂੰ ਅੱਗੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ, ਗੁੱਡ ਮੋਰਨਿੰਗ ਹੋ ਗਈ ਹੈ ਬਾਈ ਜੀ, ਹੁਣੇ ਹੁਣੇ ਉੱਠੇ ਹਾਂ, 10 ਮਿੰਟ ਹੀ ਹੋਏ ਹਜੇ ਬਸ। ਅਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਸਿੰਗਲ ਚਲਾਉਣ ਲੱਗ ਗਏ ਹੁਣ, ਹੈ ਨਾ ਬਾਈ ਜੀ, ਅਤੇ ਅਲਾਰਮਾਂ 'ਤੇ ਉੱਠਣਾ ਪੈਂਦਾ। ਅੱਗੇ ਤਾਂ ਜਿਵੇਂ ਸੁੱਖੀ ਕਹਿ ਦਿੰਦਾ ਜੀ ਉੱਠ ਹੈ ਚਲਾ ਉੱਠ ਕੇ। ਅਤੇ ਚਲੋ ਮੈਂ ਆਇਆ ਹੋਇਆ ਬਾਈ ਡਿਲੀਵਰੀ ਕਰਨ USA,
ਮਿਨੀਸੋਟਾ ਦੇ ਵਿੱਚ ਹੈਗਾ, ਮਿਨੀਓਟਾ ਸ਼ਹਿਰ ਆ, ਮਿਨੀਸੋਟਾ ਸਟੇਟ ਆ, ਇੱਥੇ ਮੈਂ ਆਇਆ ਹੋਇਆ। ਇੱਥੇ ਵੀ ਪੈਲਟ ਬਣਦੇ ਆ, ਮੈਨੂੰ ਲੱਗਦਾ ਲੱਕੜ ਦੀ ਫੈਕਟਰੀ ਆ। ਰਾਤ ਬਈ ਮੈਂ 9:30 ਨੂੰ ਆ ਕੇ ਖੜ ਗਿਆ ਸੀਗਾ ਇੱਥੇ ਬਾਹਰ, ਅਤੇ ਸਵੇਰੇ ਕੰਪਨੀ 7 ਵਜੇ ਖੁੱਲ੍ਹੀ ਆ, ਅਤੇ ਹੁਣ ਮੈਂ ਜਮ੍ਹਾਂ ਹੌਲੀ ਹੌਲੀ ਚਲਾ ਰਿਹਾ ਵਾਂ, ਮਤਲਬ 5 ਦੀ ਸਪੀਡ ਤੋਂ ਥੱਲੇ ਥੱਲੇ। ਫਿਰ ਆਪਣੀ ਬੁੱਕ ਡਰਾਈਵ 'ਚ ਨਹੀਂ ਪੈਂਦੀ, ਕਿਉਂਕਿ ਅੱਜ ਮੈਂ ਤੁਹਾਨੂੰ ਪਤਾ ਵੀ ਆਪਾਂ ਨੂੰ 10 ਘੰਟੇ ਪੂਰੇ ਕਰਨੇ ਪੈਂਦੇ ਆ ਨਾ ਦੁਬਾਰਾ ਆਪਾਂ ਨੂੰ ਡਰਾਈਵ ਟਾਈਮ ਮਿਲਣ ਵਾਸਤੇ। ਜਿਵੇਂ ਮੈਂ ਕੱਲ੍ਹ ਡਰਾਈਵ ਕਰਿਆ, ਮੇਰੇ ਘੰਟੇ ਖਤਮ ਹੋ ਗਏ ਸੀ, ਉਹ ਤੋਂ ਬਾਅਦ ਹੁਣ ਮੈਂ 10 ਘੰਟੇ ਔਫ ਪਾਊਂਗਾ, ਫਿਰ ਮੈਨੂੰ ਮੇਰੇ ਬਾਕੀ ਦੇ 11 ਘੰਟੇ USA 'ਚ ਡਰਾਈਵ ਮਿਲੂਗੀ, ਹੈ ਨਾ। ਅਤੇ ਹੁਣ ਮੇਰੇ ਹਜੇ 11 ਘੰਟੇ ਪੂਰੇ ਨਹੀਂ ਹੋਏ, 11 ਘੰਟੇ ਮੇਰੇ ਪੂਰੇ ਹੋਣੇ ਆ। ਜਿਵੇਂ ਮੈਂ 9:30 ਆਇਆ ਰਾਤ, ਲਾ ਲਓ ਅਤੇ 7:30 ਵਜੇ, ਅਤੇ ਹਜੇ 7 ਵਜੇ ਅੱਧਾ ਘੰਟਾ ਪਿਆ, ਅਤੇ ਅੱਧਾ ਘੰਟਾ ਆਪਾਂ ਨੂੰ ਇੱਥੇ ਲਾ ਕੇ ਆਉਣਾ ਮੈਂ ਲੋਡ ਲਵਾਉਂਦੇ ਹੋਏ, ਸਾਰਾ ਕੁਛ ਕਰਦੇ ਹੋਏ, ਹੈ ਨਾ। ਬਾਕੀ ਜਿਵੇਂ ਅੱਜ ਮੈਂ ਆਪਾਂ 5 ਦੀ ਸਪੀਡ ਤੋਂ ਹੌਲੀ ਤੋਰਦੇ ਹਾਂ, ਅਤੇ ਆਪਣਾ ਉਹ ਡਰਾਈਵ 'ਚ ਨਹੀਂ ਪੈਂਦੀ ਬੁੱਕ, ਸਲੀਪ 'ਚ ਹੀ ਰਹਿੰਦੀ ਆ। ਅਤੇ ਇੱਥੇ ਆਪਾਂ ਲਾਉਣਾ ਵਾ ਟਰੱਕ, ਆ ਸਾਰੀਆਂ ਲੱਕੜਾਂ ਲਾਈਆਂ ਹੋਈਆਂ, ਮਤਲਬ ਇਹੋ ਜਿਹੀਆਂ ਹੀ ਆਪਣੇ ਕੋਲ ਆ। ਅਤੇ ਆਹ ਤੁਸੀਂ ਟਰੱਕ ਦੇਖ ਸਕਦੇ ਆ ਬਾਈ ਜੀ, ਇਹ ਪੀਟਰ ਬੈਲਟ ਨਹੀਂ ਆ ਬਾਈ, ਕਈ ਬੰਦਿਆਂ ਨੂੰ ਭੁਲੇਖਾ ਪੈ ਗਿਆ, ਪੀਟਰ ਬੈਲਟ ਸੀਗਾ ਪਹਿਲਾਂ ਵਾਲਾ ਟਰੱਕ, ਉਹ ਮੈਂ ਪਹਿਲਾਂ ਸਟੋਰੀਆਂ ਪਾਈਆਂ ਸੀਗੀਆਂ ਇਹਦੇ 'ਤੇ, ਉਹ ਕਈਆਂ ਬੰਦਿਆਂ ਨੂੰ ਲੱਗਿਆ ਉਹ ਵੀ ਲਾਲ ਸੀ, ਇਹ ਵੀ ਲਾਲ ਆ। ਇਹ ਹੈਗਾ ਫਰੇਟ ਲਾਈਨਰ ਕਰਨਾਟੋ ਬਾਈ, ਫਰੇਟ ਲਾਈਨਰ ਕਰਨਾਟੋ ਬਾਈ ਨੇ ਮੈਨੂੰ ਦੱਸਿਆ ਸੀ ਵੀ ਵਿਚਾਲੇ ਲਾਉਣਾ ਵਾ ਟਰੱਕ, ਦੋਵੇਂ ਪਾਸਿਆਂ ਤੋਂ ਅਨਲੋਡਿੰਗ ਹੋ ਜਾਵੇ। ਨਵੇਂ ਬੰਦੇ ਆ ਬਾਈ, ਪਹਿਲਾਂ ਕਿਹੜਾ ਹੀ ਆ ਮੇਰਾ ਇਹ ਇਕੱਲੇ ਦਾ, ਪਹਿਲਾਂ ਇਦੋਂ ਪਹਿਲਾਂ ਮੈਂ ਟ੍ਰੇਨਿੰਗ 'ਤੇ ਹੁੰਦਾ ਸੀਗਾ, ਅਤੇ ਇਹ ਮੇਰਾ ਇਕੱਲੇ ਦਾ ਹੀ ਆ ਪਹਿਲਾ ਟ੍ਰਿਪ ਆ, ਜਾਣੀ ਫਲੈਟ ਬੈਲਟ ਡਰਾਈਵਰ ਐਜ਼ ਆ ਫਲੈਟ ਬੈਲਟ ਡਰਾਈਵਰ। ਚਲੋ ਇੱਥੇ ਖੜਾ ਲੈਂਦੇ ਹਾਂ ਆਪਾਂ ਹੁਣ, ਅਤੇ ਫਿਰ ਤੁਹਾਨੂੰ ਦਿਖਾਉਣਾ ਵਾ ਮੈਂ ਬਾਹਰ ਚੱਲ ਕੇ। ਹਾਂਜੀ ਬਾਈ ਜੀ, ਆਹ ਦੇਖੋ ਬਾਈ ਜੀ, ਹੁਣ ਆਹ ਸਮਾਨਾ ਆਪਾਂ ਲਾਉਣਾ ਵਾ, ਆਹ ਸਟਰੈਪਾਂ ਪਈਆਂ ਹੋਈਆਂ ਵਾ, ਇਹਨਾਂ 'ਤੇ ਸਾਰੀਆਂ 'ਤੇ ਦੋ ਦੋ ਤਿੰਨ ਤਿੰਨ ਸੀਗੀਆਂ, ਜਿਵੇਂ ਤੁਸੀਂ ਦੇਖ ਸਕਦੇ ਹੋ ਨਾ, ਇੱਥੇ ਵੀ ਸੀ ਇੱਕ, ਇੱਥੇ ਵੀ ਸੀ, ਉੱਥੇ ਉੱਥੇ ਆਏ, ਹੈ ਨਾ। ਅਤੇ ਰਾਤ ਜਦੋਂ ਮੈਂ ਆਇਆ ਸੀਗਾ ਉਦੋਂ ਮੈਂ ਸੌਣ ਤੋਂ ਪਹਿਲਾਂ ਅੱਧੀਆਂ ਖੋਲ੍ਹ ਕੇ ਪੈ ਗਿਆ ਸੀਗਾ, ਮਤਲਬ ਇੱਕ ਇੱਕ ਰਹਿਣ 'ਤੇ ਸੀਗੀ ਮੈਂ ਸਾਰਿਆਂ ਦੇ ਉੱਤੇ, ਵੀ ਜਿਵੇਂ ਹੁਣ ਮੈਂ ਯਾਰਡ 'ਚ ਡਰਾਈਵ ਕਰਕੇ ਹੈ ਨਾ, ਡਿੱਗਦੀਆਂ ਨਹੀਂ ਫਿਰ, ਅਤੇ ਹੁਣ ਆਪਾਂ ਬਾਕੀ ਦੀਆਂ ਖੋਲ੍ਹਦੇ ਹਾਂ ਅਤੇ ਫਿਰ ਚੱਲਾਂਗੇ ਅੱਗੇ ਬਾਈ ਜੀ। ਚੱਕਰ ਆਹ ਵਾਲੀ ਸਟ੍ਰੈਪ ਨੂੰ ਚੱਕਰ ਆ, ਤੁਹਾਨੂੰ ਬਾਅਦ 'ਚੋਂ ਦਿਖਾਉਣਾ ਮੋਨੇ। ਵੈਸੇ ਤਾਂ ਬਾਈ ਤੁਹਾਨੂੰ ਪਤਾ ਹੀ ਹੋਣਾ, ਜਿਨ੍ਹਾਂ ਨੂੰ ਨਹੀਂ ਪਤਾ, ਅਤੇ ਇੱਕ ਪਾਸੇ ਆਹ ਕੁੰਡਾ ਪੈ ਜਾਂਦਾ ਇਹਦੇ ਜਿਵੇਂ ਆਹ ਲੱਗਿਆ ਵਾ, ਅਤੇ ਦੂਜੇ ਪਾਸੇ ਜਿਵੇਂ ਆਪਾਂ ਆਹ ਢਿੱਲਾ ਕੀਤਾ ਵਾ, ਉੱਧਰਲੇ ਪਾਸੇ ਇਹ ਹੋਣਾ ਵਾ, ਅਤੇ ਬਸ ਐਂ ਸਾਰੀਆਂ ਢਿੱਲੀਆਂ ਕਰਕੇ ਆਪਾਂ ਇਕੱਠੀਆਂ ਕਰਕੇ ਟ੍ਰੇਲਰ 'ਚ ਰੱਖ ਲੈਣੀਆਂ, ਅਤੇ ਬਾਈਆਂ ਨੇ ਚੱਕ ਲੈਣਾ ਲੋਡ ਉੱਤੋਂ, ਅਤੇ ਆਪਾਂ ਅਗਲਾ ਲੋਡ ਚੱਕਰ ਨਿਕਲ ਜਾਣਾ, ਬਸ ਇੰਨਾ ਕੀ ਕੰਮ ਆ ਬਾਈ ਜੀ ਇਹ। ਆਹ ਵਾਲਾ ਆਹ ਜਿਹੜਾ ਕੁੱਤਾ ਜਿਹਾ ਹੁੰਦਾ ਨਾ, ਇਹ 'ਚ ਫਸ ਜਾਂਦਾ ਏ, ਜਦੋਂ ਆਪਾਂ ਟੈਟ ਕਰੀ ਜਾਂਦੇ ਇੱਥੇ ਫਸੀ ਜਾਂਦਾ, ਜਦੋਂ ਆਪਾਂ ਇਹਨੂੰ ਕੱਢਣਾ ਵਾ ਮਾੜਾ ਜਿਹਾ ਇੱਧਰ ਨੂੰ ਕਰਕੇ, ਅਤੇ ਇਹਨੂੰ ਉੱਤੋਂ ਚੱਕ ਲਈਦਾ, ਅਤੇ ਫਿਰ ਉਹਨੂੰ ਪਿੱਛੇ ਨੂੰ ਗੇੜਾ ਦੇ ਦਈਦਾ, ਫਿਰ ਇਹ ਢਿੱਲਾ ਹੋ ਜਾਂਦਾ। ਹੁਣ ਆਪਣੀਆਂ ਬਸ 2 ਕੀ ਰਹਿ ਗਈਆਂ, ਐਂ ਨਹੀਂ ਉਤਰਾ ਹੱਥਾਂ ਨਾਲ ਕੰਮ ਕਰੋ। ਕਾਹ ਖੋਲ੍ਹਣ ਵਾਲੀ ਰਹਿ ਗਈ, ਇਹਨੂੰ ਆਪਾਂ ਉੱਧਰਲੇ ਪਾਸੇ ਖਿੱਚਾਂਗੇ,
ਉਹਨੂੰ ਵੀ ਉਧਰਲੇ ਪਾਸੇ ਤੇ ਇੱਕ ਹੋਰ ਹੈਗੀ ਆ ਦੋਵੇਂ ਪਾਸੇ ਬਾਕਸ ਬਣੇ ਹੁੰਦੇ ਆ ਟ੍ਰੇਲਰ ਦੇ ਇਹਦੇ ਵਿੱਚ ਆਪਾਂ ਰੱਖ ਦੇਣੀਆਂ ਲਿਆ ਕੇ ਅੱਧੀਆਂ ਇੱਧਰ ਮਤਲਬ ਇਕੱਠੀਆਂ ਕਰਕੇ ਲਿਆਉਣੀਆਂ ਤਾਂ ਕਿੱਥੋਂ ਅੱਧੀਆਂ ਇੱਧਰ ਆਦੇ ਪਈਆਂ ਤੇ ਬਾਕੀ ਦੀਆਂ ਉੱਧਰ ਆ ਜਾ ਬਈ ਸੋਹਣੀਏ ਖੋਲੀਏ ਸਟਰੈਪਾਂ ਆਹ ਵਾਲੀ ਸਟਰੈਪ ਦਾ ਚੱਕਰ ਪੈਂਦਾ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਐਂਡ ਤੇ ਹੈ ਨਾ ਇਹਦੇ ਨਾਲ ਮੈਂ ਰਾਤ ਵੀ ਪੰਗੇ ਲੈਂਦਾ ਸੀ ਇਹ ਬਈਆਂ ਦੀ ਹੈਲਪ ਲੈਣੀ ਪੈਣੀ ਹੈ ਇਹਨੂੰ ਖੋਲ੍ਹਣ ਵਾਸਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਆਪਾਂ ਇਹਨੂੰ ਥੱਲੇ ਨੂੰ ਕਰਦੇ ਆ ਨਾ ਜਦੋਂ ਮੈਂ ਉਹਦੇ ਨਾਲ ਜ਼ੋਰ ਪਾ ਕੇ ਘੁਮਾਉਣਾ ਵਾ ਆਹ ਕੁੰਡਾ ਵਾ ਜਿਹੜਾ ਜਿਹੜਾ ਮਤਲਬ ਲੋਕ ਕੁੱਤਾ ਵਾ ਕੁੱਤਾ ਕਹਿੰਦੇ ਹੁੰਦੇ ਇਹਨੂੰ ਆਪਣੇ ਇਹ ਫਸਦਾ ਜਿਹੜਾ ਇਹ ਤਾਂ ਨਹੀਂ ਚੱਕਿਆ ਜਾਂਦਾ ਇਹਦੇ ਨਾਲ ਲੱਗ ਜਾਂਦਾ ਰੱਬ ਰੇਲ ਨਾਲ ਇਹਨੂੰ ਹੁਣ ਕਿਸ ਹਿਸਾਬ ਨਾਲ ਕਰਦੇ ਹਾਂ ਕੁਛ ਉਨਾ ਟਾਈਮ ਬਾਕੀ ਦੀਆਂ ਖੋਲ ਦਈਏ ਨਵੇਂ ਆ ਬਾਈ ਜੀ ਜੇ ਕੋਈ ਬੰਦਾ ਪੁਰਾਣਾ ਦੇਖ ਰਿਹਾ ਫਲੈਟ ਬੈਡ ਦੀ ਜਾਣਕਾਰੀ ਜਿਹਨੂੰ ਹੈਗੀ ਆ ਮਤਲਬ ਮੈਨੂੰ ਤਾਂ ਹਜੇ ਕੁਛ ਵੀ ਨਹੀਂ ਪਤਾ ਆਪਾਂ ਕਹਿ ਦਈਏ ਐਵੇਂ ਪਰ ਜਿਹਨੂੰ ਵਧੀਆ ਵੱਧ ਪਤਾ ਕਹੋ ਬਾਈ ਤੁਸੀਂ ਵੀ ਦੱਸਿਓ ਆਪਦਾ ਹੈ ਨਾ ਹੁਣ ਜਿੱਦਾਂ ਬਾਈ ਜੀ ਆ ਸਟਰੈਪਾਂ ਹੈ ਨਾ ਇਹਨੂੰ ਆਪਾਂ ਹੱਥ ਨਾਲ ਇਕੱਠੀ ਕਰਨੀ ਹੋਵੇ ਤਾਂ ਇਹਨੂੰ ਬਹੁਤ ਟਾਈਮ ਲੱਗ ਜਾਂਦਾ ਇਹਦੇ ਵਾਸਤੇ ਆ ਪੁਰਜਾ ਵਜਾ ਇੱਕ ਦੇਖੋ ਆਹ ਇਹਨੂੰ ਇਹਦੇ ਵਿੱਚ ਪਾ ਦੇਈਦਾ ਇਹ ਐਂ ਅਤੇ ਬਾਅਦ 'ਚ ਇਹਨੂੰ ਐਂ ਬਸ ਗੇੜਾ ਦੇਈ ਜਾਈਦਾ ਹੁਣ ਮੈਨੂੰ ਦੂਜੇ ਹੱਥ ਨਾਲ ਇਹਨੂੰ ਐਂ ਫੜਨਾ ਪੈਣਾ ਵਾ ਇੱਥੇ ਰੱਖ ਦਿੰਦਾ ਇੱਥੇ ਸਟਰੈਪਾਂ ਇਕੱਠੀਆਂ ਹੋ ਗਈਆਂ ਬਾਈ ਜੀ ਸਾਰੀਆਂ ਬਸ ਹੁਣ ਬਾਈਆਂ ਨੇ ਲਾਉਣਾ ਇਹਨੂੰ ਅਤੇ ਇਹਦਾ ਹੱਲ ਰਹਿ ਗਿਆ ਕਰਨਾ ਕੋਈ ਬਾਈਆਂ ਤੋਂ ਹੈਲਪ ਮੰਗਣੀ ਪੈਣੀ ਆ ਆਪਾਂ ਨੂੰ ਹੈਲਪ ਚਾਹੀਦੀ ਆ ਬਾਈ ਜੀ ਹੈਲਪ ਕਰ ਦਿਉ ਕੋਈ ਸਾਡੀ ਕੰਮ ਮੈਨੂੰ ਵੈਸੇ ਬਾਈ ਜੀ ਇਹ ਸੌਖਾ ਹੀ ਲੱਗਿਆ ਪਤਾ ਨਹੀਂ ਤਾਂ ਹਜੇ ਵੈਦਰ ਨਹੀਂ ਉਨਾ ਗੰਦਾ ਆਇਆ ਕਿਉਂਕਿ ਠੰਡ 'ਚ ਬਾਹਲਾ ਔਖਾ ਵੈਸੇ ਕੰਮ ਕਰਨਾ ਬਾਕੀ ਤਾਂ ਠੀਕ ਆ ਸੁਣਿਆ ਹੀ ਆ ਕੀਤਾ ਤਾਂ ਹੈ ਨਹੀਂ ਹਜੇ ਨਹੀਂ ਬਾਈ ਫਸਦਾ ਵਾ ਰੱਬ ਰੇਲ ਦੇ ਵਿੱਚ ਮਿੱਤਰਾ ਬਾਈ ਨੂੰ ਹੀ ਬੁਲਾਉਣਾ ਮੈਂ ਆਹ ਦੇਖੋ ਹੁਣ ਇਹ ਜਿਵੇਂ ਮਾੜਾ ਜਿਹਾ ਹੋਰ ਉਹਨੂੰ ਥੱਲੇ ਨੂੰ ਕੀਤੇ ਤੋਂ ਨਾ ਇਹਨੂੰ ਤਾਂ ਨੂੰ ਜਾਣਾ ਚਾਹੀਦਾ ਇਹਨੂੰ ਹੱਥ ਨਾਲ ਚੱਕੇ ਤੋਂ ਪਰ ਇਹ ਇਹਦੇ ਨਾਲ ਲੱਗ ਜਾਂਦਾ ਉੱਪਰ ਇਸ ਹਿਸਾਬ ਨਾਲ ਪਲੇ ਨਹੀਂ ਪੈਂਦੀ ਤੇਰੇ 'ਚ ਹੈ ਤਾਂ ਰੱਬ ਰੇਲ ਜੀ ਟੁੱਟੀ ਹੋਈ ਇਹਦੇ ਵਿੱਚ ਕੁਛ ਫਸਾਈਏ ਜੁਗਾੜ ਲਾਉਣਾ ਬਾਈ ਮੈਂ ਕੋਈ ਬਾਅਦ 'ਚੋਂ ਕਰਦੇ ਗੱਲ ਛੱਡਦੇ ਹਾਂ ਬਾਈ ਆਪਾਂ ਇਹਦੇ ਵਿੱਚ ਮੈਂ ਰੋੜੀ ਫਸਾ ਦੀ ਆ ਦੇਖੋ ਆਹ ਦੇ ਇਹਨੂੰ ਬਾਹਰ ਨੂੰ ਖਿੱਚ ਕੇ ਵਿੱਚ ਰੋੜੀ ਫਸਾ ਦੀ ਫਿਰ ਆਹ ਫਰੀ ਹੋ ਗਿਆ ਕੁੱਤਾ ਅਜੇ ਐਂ ਉੱਪਰ ਥੱਲੇ ਹੋਣ ਲੱਗ ਗਿਆ ਫਿਰ ਆਪਾਂ ਖੋਲ ਲਈ ਬਾਈ ਜੀ ਇਹ ਇੱਥੇ ਬਸ ਇਹਨਾਂ ਨੇ ਰੱਖ ਲੈਣੀ ਬਾਈਆਂ ਨੇ ਆ ਜਾ ਬਾਈ ਦੋ ਤਰ੍ਹਾਂ ਦੀਆਂ ਸਟਰੈਪਾਂ ਬਾਈ ਮੈਂ ਜਿੰਨ ਦੇਖੀਆਂ ਇੱਕ ਤਾਂ ਆਹ ਵਾ ਇਹ ਫਸ ਜਾਂਦੀ ਆ ਥੱਲੇ ਮਤਲਬ ਇਹਦੇ ਵਿੱਚ ਐਂ ਇੱਥੇ ਫਸ ਜਾਂਦੀ ਆ ਇੱਕ ਤੁਸੀਂ ਦੇਖੀਆਂ ਦੂਜੇ ਉਹ ਕੁੰਡੇ ਜਿਹੇ ਹੋਏ ਇਹਦੇ ਵਿੱਚ ਫਸ ਜਾਂਦੇ ਆ ਗਲਤ ਤਰੀਕਾ ਇਹ ਆਪਾਂ ਸੁਧਾਰੀਏ ਇਹ ਮੂੰਹ 'ਤੇ ਵੱਜ ਸਕਦੀ ਆਵੇ ਦੂਰੋਂ ਫੜ ਕੇ ਖਿੱਚਿਆ ਕਰੀਏ ਅਤੇ ਜਾਂ ਫਿਰ ਹੌਲੀ ਹੌਲੀ ਖਿੱਚਿਆ ਕਰੀਏ ਆ ਜਾ ਬਈ
लो भी बई जी आही काम हुंदा बस जदों आपां चकणियां हुंदियां वा उदों आपां इह रखा के बाद चो उत्ते बन्न लईदियां ते जदों लभाउणियां वा उदों इत्थे आ के खोलदियां हैना ते इक आह हुंदियां इत्थे टारपां इह पाउणियां पैंदियां वैसे इह वाले लोड ते पाउण दी लोड नहीं हुंदी मतलब तां ही नहीं पाईआं सी ते कई लोड हुंदी उहनां ते टारपां पाउणियां पैंदियां उह थोड़ा जिहा एक्सट्रा काम आ ते उह हजे मैं इक दो वारी कीता वा मतलब ट्रेनिंग जी आपणी मैं पा के देखिआ चलो आ खड़ा अपना ट्रक ये भी आपां तवाउणा वा अज ते हुण बई नूं पुछदे आ वी बई ला दो एकड़ा बई जी इह व्लॉग जिहड़े मतलब आ रहे आ ना हुण उह बहुत पुराने बणे होए आ बहुत पुराने बणे होए आ जिवें तुहानूं पता ही आ मैं डेट विच दस ही दिंदा हुण पर हो सकदा मैं आह व्लॉग पहलां पावां क्योंकि बंदे नूं पता ही नहीं है ना मैं फ्लैट बैड करन लग गया अपने जिहड़े व्यूअर आ उहनां नूं ते पिछे एक दो तीन व्लॉग होर आउणगे शायद पुराने बाकी कुछ कह भी नहीं सकते बई ते आह मतलब फ्लैट बैड वाले तो हुण आया ही करनगे ते व्लॉग आए नहीं बई बहुत टाइम बहुत थोड़े मैसेज आउंदे रहे हैं ते उहदा कारण आही सीगा बई मैं ट्रेनिंग ते सीगा यार इहदी दो वीकां दी ट्रेनिंग सीगी मेरी उह कह लो तुसीं उधर फिरदा रहा तां मैनूं आए सी भी एक पासे ध्यान रखिए जिन्नी चीज़ सीखण वाली पहलां सीख लईए बाद चों आपां करी जावांगे व्लॉग व्लूग जो हैगा है ना ट्रक हिलन लग गया बई अनलोडिंग करन भी लग गया ते सवेरे सवेरे वधिया बई इह कम मतलब मैं तो हरेक चीज़ च कह लो पॉजिटिविटी भर लैंदा बई कम हुण दो तरीके नाल हो सकदा है सोचा जा सकदा एक बंदे ने सोचना वा भी सवेरे सवेरे उठ के यार कम करना पिया ऐं करना ना ते मैं सोच लिया चल सवेरे सवेरे 10 मिनट एक्सरसाइज होगी अपनी भी करना तो हैगा ही हुण उहनूं माड़ा जिहा खुश जिहे हो के कर लईए समझदे मेरी गल ते होर की कहना सीगा मैं ते एकना बई यार असीं वीडियो पाई सीगी उह मतलब किस्मत कुस्मत लड़ बड़ उह बई जे किसे नूं वी कुछ वी उह चों बुरा लग्गिआ ते गलती हो गई भरा माफ़ी वैसे किसे ने बड़ा गलत रिएक्ट तां नहीं कीता भी कमेंट इन्नी नहीं आई मैनूं इक अद्धा ही सीगा बई दा ते फिर भी चलो बंदा कई वारी नहीं कहिंदा है ना फील ही करदा हुंदा उह जे किसे नूं बई गलत लग्गिआ तां अपना कुछ नहीं सीगा वी किसे नूं कहना ही आ इह गल भी असीं उदां ही गल्लां करदे सीगे जिवें असीं आम गल्लां करदे हाँ उदां ही उह बस बन गई वीडियो ते असीं पा दी मैनूं सही लगी मैं पा दी जे किसे नूं कुछ लग्गिआ उहदे वास्ते माफ़ी बई ते मैं इह चीज़ देख लिया भी इहो जिहियां गल्लां दा ना कोई फायदा नहीं आपदे तक रखो क्योंकि हरेक दी सोच अलग अलग हुंदी है बई है ना आपां किसे दी सोच चेंज नहीं कर सकदे हो सकता बई नूं आपे ही किसे नूं चेंज आपे ही वधिया लग जावे आपे ही बदल लवे उह होर गल आ पर पता नहीं यार मैनूं लग्गिआ उह वीडियो मैं पा दी बाकी मैं उहीं कही बड़ा जाना एड्डी गलबात होई भी नहीं पर फिर भी जे किसे नूं कुछ लग्गिआ तां सॉरी बई उह देखो बई लई जांदा लोड दिखावां तुहानूं इत्थे पॉलिसी जी इहनां दी मैं लगदा वी आपां बाहर नहीं जा सकदे ते आपां अंदर बहि के ही तुहानूं दिखा दिंदे बस ये ट्रेलर लाउन नूं बई सिर्फ तुसीं कह लो भी 15-20 मिंट लगते आ 15 मिंट हद जे बंदा नवा ना होवे मेरे वर्गा ते वेंदे ही लै जांदा बई लोड ते कोई अपॉइंटमेंट दा चक्कर नहीं गा इह च जदों तुसीं मर्जी पहुँचो जिवें मैं अज ना पहुँच सकदा मैं कल नूं आ जांदा मतलब हुण तक मैनूं वधिया लगी जांदा कम ते बाकी तुहानूं पता वा आपां कम पैसे करके करदे हुंदे ना भी पैसे चार बन ट्रैकिंग दा अपना शौक आ ਅਤੇ ਟਰੈਕਿੰਗ 'ਚ ਕੰਮ ਕਿਹੜਾ ਕਰਨਾ ਉਹ ਫਿਰ ਬੰਦੇ ਨੂੰ ਡਿਸੀਜਨ ਲੈਣਾ ਪੈਂਦਾ ਹੈ ਨਾ ਹੁਣ ਜਿਵੇਂ ਡਰਾਈਵੈਂ 'ਚ ਨਹੀਂ ਸੀ ਗੱਲ ਬਣਦੀ ਆਪਾਂ ਇੱਧਰ ਆ ਗਏ ਇੱਧਰ ਮੈਨੂੰ ਕੰਮ ਵੀ ਵਧੀਆ ਲੱਗਿਆ ਡਰਾਈਵੈਂ ਰੀਫਰ ਨਾਲੋਂ ਅਤੇ ਪੈਸੇ ਤਾਂ ਵੱਧ ਹੈਗੇ ਹੈ ਨਾ ਹਜੇ ਮੈਂ ਹੁਣੇ ਜੋ ਕਹਿ ਰਿਹਾ ਵਾਂ ਥੋੜ੍ਹਾ ਜਿਹਾ ਭਾਵੇਂ ਐਕਸਾਈਟਮੈਂਟ 'ਚ ਕਹਿ ਰਿਹਾ ਹਾਂ ਪਰ ਕੰਮ ਮੈਨੂੰ ਵਧੀਆ ਲੱਗਿਆ ਆਪਾਂ ਓਵਰਆਲ ਕਹੀਏ ਹੁਣ ਤੱਕ ਮੈਨੂੰ ਵਧੀਆ ਲੱਗਿਆ ਟ੍ਰੇਨਿੰਗ 'ਤੇ ਵੀ ਮੈਨੂੰ ਵਧੀਆ ਲੱਗਿਆ ਵਧੀਆ ਲੱਗਿਆ ਗੁੱਡ ਆ ਅਤੇ ਮੈਂ ਕਹਿੰਦਾ ਇਹ ਵਲੋਗ ਆਪਾਂ ਛੋਟਾ ਰੱਖ ਲਈਏ ਕਿਉਂਕਿ ਪਾ ਦਿਆਂਗੇ ਹੈ ਨਾ ਤੁਸੀਂ ਛੇਤੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਬਾਕੀ ਕੁਛ ਪਤਾ ਵੀ ਨਹੀਂ ਹੋ ਸਕਦਾ ਮੈਂ ਅੱਗੇ ਵੀ ਬਣਾਈ ਜਾਵਾਂ ਹੁਣ ਇੱਥੋਂ ਆਪਾਂ ਲੋਡ ਲਾ ਕੇ ਜਾਣਾ ਬਾਈ ਜੀ ਇੱਥੋਂ 500 ਕਿਲੋਮੀਟਰ ਇੱਥੋਂ 500 ਕਿਲੋਮੀਟਰ ਤੋਂ ਲੋਡ ਚੱਕ ਕੇ ਉਦੋਂ ਅੱਗੇ 500 ਕਿਲੋਮੀਟਰ ਹੈਗਾ ਵਿਨੀਪੈਗ ਰਸਤੇ 'ਚ ਵਿਨੀਪੈਗ ਪੈਂਦਾ ਆਪਾਂ ਨੂੰ ਐਡਮਿੰਟਨ ਜਾਂਦੇ ਨੂੰ ਆਪਾਂ ਵਿਨੀਪੈਗ ਜਾ ਕੇ ਸੌਵਾਂਗੇ ਅਤੇ ਉਦੋਂ ਬਾਅਦ 'ਚ ਐਡਮਿੰਟਨ ਜਾਵਾਂਗੇ ਵਿਨੀਪੈਗ ਤੋਂ ਬਾਅਦ 'ਚੋਂ 13 ਘੰਟੇ ਦੀ ਡਰਾਈਵ ਆ ਅਤੇ 13 ਘੰਟੇ ਆਪਣੇ ਕੋਲ ਹੁੰਦੇ ਆ ਡਰਾਈਵ ਦੇ ਬਾਬਾ ਤੇਰਾ ਕਿਹੜੀ ਟ੍ਰੇਨ ਨੂੰ ਲਾਉਂਦਾ ਕਿ ਮੈਨੂੰ ਚੌਦਾਂ ਵੀ 13 ਘੰਟੇ ਦੀ ਡਰਾਈਵ ਆ
ਤੇ ਦੇਖੋ ਬਈ ਵਲੌਗ ਲਓ ਨਜ਼ਾਰੇ ਵਧੀਆ ਲੱਗਿਆ ਤਾਂ ਜੋ ਕਰਨ ਵਾਲਾ ਕੰਮ ਕਰ ਦਿਓ ਓਕੇ ਬਈ ਲੋਡ ਲੈ ਗਿਆ ਬਾਈ ਜੀ ਆਪਣਾ ਖੱਟਾ ਹੋ ਗਿਆ ਖਾਲੀ ਵੈਸੇ ਆਪਣੇ ਬੰਦੇ ਨੂੰ ਖੱਟਾ ਹੀ ਕਹਿੰਦੇ ਆ ਫਲੈਟ ਬੈੱਡ ਨੂੰ ਖੱਟੇ ਦਾ ਕੰਮ ਕਰ ਲਾਂ ਗਿਆ ਹੁਣ ਤੂੰ ਫੱਟੇ ਦਾ ਐਂ ਕਹਿੰਦੇ ਹੁੰਦੇ ਲਾਈਟ ਪਿੱਛੋਂ ਆ ਰਹੀ ਆ ਇੱਧਰੋਂ ਹੁਣ ਆਇਆ ਬਿਊਟੀ ਫੇਸ ਚਲੋ ਚੱਲਦੇ ਹਾਂ ਬਾਈ ਜੀ ਹੁਣ ਆਪਾਂ ਟਰੱਕ ਲੈ ਕੇ ਖਾਣ ਨੂੰ ਬਣਾ ਲਈਏ ਬਾਈ ਜੀ ਕੁਛ ਬਣਾਉਣਾ ਤਾਂ ਕੀ ਆ ਓਟਸ ਖਾ ਲੈਣੇ ਆ ਸਵੇਰੇ ਸਵੇਰੇ ਆਪਾਂ ਇਹ ਵਧੀਆ ਬਾਈ ਜੀ ਜਿਹੜੇ ਬੰਦੇ ਟਰੱਕ ਚਲਾਉਂਦੇ ਆ ਨਾ ਤੁਸੀਂ ਖਾ ਕੇ ਦੇਖਿਓ ਲਿਜਾ ਕੇ ਦੇਖਿਓ ਮਤਲਬ ਇੱਕ ਵਾਰੀ ਓਟਸ ਪਾਓ ਦੁੱਧ ਪਾਓ ਅਤੇ 5 ਮਿੰਟ ਰੱਖ ਲਓ ਕੋਲੇ ਮੈਂ ਤਾਂ ਠੰਡਾ ਹੀ ਪਾ ਲੈਂਦਾ ਦੁੱਧ ਵੀ ਠੰਡੇ ਹੀ ਖਾ ਲੈਂਦਾ ਮੈਨੂੰ ਠੰਡੇ ਵਧੀਆ ਲੱਗਦੇ ਆ ਨਹੀਂ ਬੰਦਾ ਮਾੜਾ ਜਿਹਾ ਮਾਈਕਰੋਵੇਵ ਕਰ ਲਵੇ ਹੈ ਨਾ ਵੈਸੇ ਠੰਡੇ ਹੀ ਵਧੀਆ ਲੱਗਦੇ ਆ ਚਲੋ ਜੀ ਮਿੰਟ ਲੱਗੇ ਆਪਾਂ ਨੂੰ 2 ਵੀ ਨਹੀਂ ਲੱਗੇ ਅਤੇ ਆਪਣਾ ਖਾਣਾ ਹੋ ਗਿਆ ਤਿਆਰ ਇਹ ਹੁਣ 5 ਮਿੰਟ ਨੂੰ ਪੋਲਾ ਹੋ ਗਿਆ ਜਦੋਂ ਮਤਲਬ ਫਿਰ ਆਪਾਂ ਨੂੰ ਖਾਵਾਂਗੇ ਅਤੇ ਇਹਦੇ ਨਾਲ ਆਪਣੇ ਲੰਘ ਜਾਣੇ ਆ ਬਾਈ ਜੀ 2 ਘੰਟੇ ਪੂਰੇ ਆਰਾਮ ਨਾਲ ਉਦੋਂ ਬਾਅਦ 'ਚੋਂ ਆਪਾਂ ਕੁਛ ਖਾ ਲਾਂਗੇ ਰੋਟੀ ਖਾ ਲਾਂਗੇ ਜਾਂ ਹੋਰ ਕੋਈ ਆਈਟਮ ਖਾ ਲਾਂਗੇ ਅਤੇ ਹੁਣ ਤੁਹਾਨੂੰ ਆਪਾਂ ਮਿਲਦੇ ਹਾਂ ਬਾਈ ਜੀ ਰਾਹ 'ਚ ਲਓ ਵੀ ਬਾਈ ਜੀ ਆਪਾਂ ਤਿਆਰ ਹਾਂ ਜਾਣ ਵਾਸਤੇ ਅਤੇ ਆਹ ਮੈਨੂਅਲ ਆ ਬਾਈ ਸੱਚ ਟਰਾਂਸਮਿਸ਼ਨ ਇਹਦਾ ਅੱਗੇ ਵੀ ਦੱਸਿਆ ਸੀਗਾ ਮੈਨੂਅਲ ਟਰਾਂਸਮਿਸ਼ਨ ਹੁਣ ਗੇਅਰ ਤੁਹਾਨੂੰ ਮੈਂ ਕਿਵੇਂ ਦੱਸਾਂ ਜਿਵੇਂ ਇੱਥੇ ਪਹਿਲਾ ਦੂਜਾ ਆਹਦੇ ਇੱਥੇ ਲਿਖਿਆ ਹੁੰਦਾ ਅਤੇ ਆਹ ਜਿਵੇਂ ਇੱਥੇ ਪਹਿਲਾ ਦੂਜਾ ਤੀਜਾ ਚੌਥਾ ਫਿਰ ਜਿਹੜੀ ਆਹ ਕਿੱਲੀ ਜੀ ਹੁੰਦੀ ਆ ਉਹਨੂੰ ਆਪਾਂ ਤਾਂ ਚੱਕ ਦਈਦਾ ਫਿਰ ਇੱਥੇ ਹੀ 5ਵਾਂ 6ਵਾਂ 7ਵਾਂ 8ਵਾਂ ਅਤੇ ਜਿਹੜੇ 5ਵਾਂ 6ਵਾਂ 7ਵਾਂ 8ਵਾਂ ਹੁੰਦਾ ਉਹ 'ਚ ਹਾਈ ਲੋ ਹੁੰਦੇ ਆ ਜਿਵੇਂ 4 ਗੇਅਰ ਪਾ ਲਈ ਇੱਥੇ ਪਹਿਲਾ ਦੂਜਾ ਤੀਜਾ ਚੌਥਾ ਪਹਿਲਾਂ ਕਿੱਲੀ ਥੱਲੇ ਹੁੰਦੀ ਆ ਪਹਿਲਾ ਦੂਜਾ ਤੀਜਾ ਚੌਥਾ ਫਿਰ ਚੌਥੇ ਚੌਥੇ ਚੱਕ ਕੇ ਕਿੱਲੀ ਤਾਂ ਚੱਕ ਕੇ ਇੱਥੇ 5ਵਾਂ ਪਹਿਲਾਂ 5ਵਾਂ ਲੋਅ ਹੁੰਦਾ ਫਿਰ 5ਵਾਂ ਹਾਈ ਕਰ ਦਈਦਾ ਫਿਰ ਲੋਅ ਕਰਕੇ 6ਵਾਂ ਪਾ ਲਈਦਾ ਪਹਿਲਾਂ 6ਵਾਂ ਲੋਅ ਹੁੰਦਾ ਫਿਰ ਹਾਈ ਹੁੰਦਾ ਫਿਰ 6ਵਾਂ ਲੋਅ ਕਰ ਦਈਦਾ ਮਤਲਬ ਜਦੋਂ ਗੇਅਰ ਕੱਢਣ ਲੱਗੀ ਦਾ ਉਦੋਂ ਕਿੱਲੀ ਪਿੱਛੇ ਕਰਕੇ ਲੋਅ ਕਰਕੇ 7ਵਾਂ ਲੋਅ ਪਾ ਲਈਦਾ ਪਹਿਲਾਂ ਫਿਰ 7ਵਾਂ ਹਾਈ ਕਰ ਦਈਦਾ ਫਿਰ 7ਵੇਂ 'ਚ ਲੋਅ ਕਰਕੇ 8ਵਾਂ ਲੋਅ ਪਾ ਲਈਦਾ ਫਿਰ 8ਵਾਂ ਹਾਈ ਕਰ ਦਈਦਾ ਮਤਲਬ ਇਹ 13 ਸਪੀਡ ਮੈਨੂਅਲ ਆ ਜਿਹੜਾ ਪਹਿਲਾਂ ਮੈਂ ਸਿੱਖਿਆ ਉਹ 18 ਸਪੀਡ ਮੈਨੂਅਲ ਸੀਗਾ ਮਤਲਬ ਉਹਦੇ ਪਹਿਲੇ 4 ਗੇਅਰ ਸੀਗੇ ਜਿਹੜੇ ਉਹ 'ਚ ਵੀ ਹਾਈ ਲੋਅ ਪੈਂਦਾ ਸੀਗਾ ਹੈ ਨਾ ਚਲੋ ਹੁਣ ਚੱਲਦੇ ਹਾਂ ਬਾਈ ਜੀ ਇਹ ਗੱਲਾਂ ਆਪਾਂ ਫਿਰ ਕਰਾਂਗੇ ਕਦੇ ਹੁਣ ਤਾਂ ਮੈਂ ਤੁਹਾਨੂੰ ਬਸ ਦਿਖਾ ਹੀ ਰਿਹਾ ਵੀ ਮੈਂ ਕੰਮ ਕੀ ਕਰਨ ਲੱਗ ਗਿਆ ਵਲੌਗ ਆਪਾਂ ਡਿਟੇਲ 'ਚ ਫਿਰ ਬਣਾਇਆ ਕਰਾਂਗੇ ਓਕੇ ਬਾਈ ਜੀ ਆ ਜਾਓ